ਕਟਰਾ ਅਨਾਜ ਮੰਡੀ ਜਿੱਥੇ ਕਿ ਅੱਗ ਲੱਗੀ ਹੈ, ਉੱਧਰ ਦੇ ਵਸ਼ਿੰਦੇ ਮੇਰੇ ਨਾਲ ਨੇ, ਜਿਨ੍ਹਾਂ ਨੇ ਅੱਖੋਂ ਦੇਖੀ ਸਾਰਾ ਦੇਖਿਆ, ਉਹਨਾਂ ਨਾਲ ਗੱਲਬਾਤ ਕਰਦੇ ਨੇ। ਕਿਆ ਹੁਆ, ਕਿਆ ਥਾ, ਕਿਆ ਜਗ੍ਹਾ ਹੈ, ਕਹਾਂ ਪੇ ਅੱਗ ਲਈ, ਕਿਸ ਤਰ੍ਹਾਂ ਹੋਇਆ? ਇਹ ਅੰਦਰ ਜਾ ਕੇ 10 ਬਿਲਡਿੰਗ ਅੰਦਰ ਜਾ ਕੇ ਅੱਗ ਲੱਗੀ ਹੈ। ਪਾਂਚਵੀਂ ਛੱਟੀ ਮੰਜ਼ਿਲ ਤੱਕ ਮਕਾਨ ਰਹਿਤੇ ਹੈ, ਲੇਬਰ ਕਾਮ ਕਰਦੇ, ਬਿਹਾਰ ਕਾ ਯੂਪੀ ਕਾ, ਹਰ ਜਗ੍ਹਾ ਯੂਪੀ ਬਿਹਾਰ ਕਾ ਮਜ਼ਦੂਰ ਕਾਮ ਕਰਦੇ ਹੈ। ਅੱਗ ਲੱਗ ਗਈ ਨਾ, ਉੱਪਰ ਉਤਰਨੇ ਕਾ ਰਾਸਤਾ ਨਾ ਨੀਚੇ, ਗਲੀ ਕੁਛ ਜ਼ਿਆਦਾ ਹੀ ਹੈ, ਕੁਛ ਵੀ ਹੋਤਾ ਹਾਦਸਾ ਹੋਤਾ ਤੋ ਆਦਮੀ ਜ਼ਿਆਦਾ ਸੇ ਜ਼ਿਆਦਾ ਮਰਤਾ, ਇਹ ਬਚਨੇ ਕਾ ਕਮ ਉਮੀਦ ਰਹਿਤਾ, ਕਿਉਂਕਿ ਇਸ ਗਲੀ ਮੇਂ ਕਾਮ ਜ਼ਿਆਦਾ ਹੋਤੇ ਹੈ, ਗਲੀ ਛੋਟੀ ਛੋਟੀ ਹੈ, ਸਾਰੇ ਫੈਕਟਰੀ ਬਾਹਰ ਕਾਮ ਹੋਤੇ, ਮਜ਼ਦੂਰ ਸਭ ਅੰਦਰ ਰਹਿਤੇ ਹੈ, ਰੋਡ ਪਰ ਜ਼ਿਆਦਾ ਜਾਮ ਰਹਿਤੀ ਹੈ, ਤੋ ਇਸ ਲਈ ਜਗ੍ਹਾ ਨਹੀਂ ਮਿਲ ਪਾਤੀ, ਕੁਛ ਹਾਦਸਾ ਹੋਤਾ ਹੈ ਤੋ ਬੰਦੇ ਮਰ ਜਾਤੇ ਹੈ। ਇਹ ਕਿਆ ਬਣਤਾ ਕਿਆ ਥਾ ਇਸ ਪੇ ਜਹਾਂ ਜੋ ਕਾਮ ਲਗਾ ਹੁਆ ਥਾ? ਵਹਾਂ ਕਾਮ ਹੋਤਾ ਹੈ, ਜੀਨਸ ਕਾ ਤੋ ਹੋਤਾ ਨਹੀਂ ਹੈ, 5 ਫੋਲਡਰ ਕਾ ਕਾਮ ਹੋਤਾ ਹੈ, ਖਿਲੌਨੇ ਕਾ ਕਾਮ ਹੋਤਾ ਹੈ, ਟਾਇਰ ਕਾ ਹੈ, ਟੋਪੀ ਕਾ ਹੈ, ਬੇਗ ਕਾ ਹੈ, ਖਿਲੌਨੇ ਕਾ ਹੈ, ਬੜੀ ਬੜੀ ਮਸ਼ੀਨ ਲੱਗੀ ਹੋਈ ਹੈ। ਪਤਾ ਲਗਾ ਕਿ ਆਗ ਕਿਉਂ ਲੱਗੀ, ਕਿਆ ਕਾਰਨ? ਇਹ ਨਹੀਂ ਮਾਲੂਮ। ਤੁਮਨੇ ਜਬ ਪਤਾ ਚਲਾ ਤੋ ਤੁਮ ਲੋਗ ਯਹਾਂ ਆਏ, ਕਿਆ ਦੇਖਾ? ਸਰ ਮੈਂ ਨਿਊਜ਼ ਦੇਖਾ ਤੋ ਮੈਂ ਆਇਆ, ਤੋ ਯਹਾਂ ਪੇ ਦੇਖਾ ਤੋ ਆਗ ਵਾਗ ਲੱਗੀ, ਤਾਰ ਕੋਈ ਕਹਿ ਰਿਹਾ ਤਾਰ ਸ਼ੋਰਟ ਹੋ ਗਈ, ਕੋਈ ਕਹਿ ਰਿਹਾ ਕੁਛ ਹੋ ਗਿਆ, ਕੋਈ ਕਹਿ ਰਿਹਾ ਕੁਛ ਹੋ ਗਿਆ, ਬਸ ਤਾਂ ਕਿੰਨੇ ਆਦਮੀ ਮਾਰੇ ਜਾ ਚੁੱਕੇ ਸਰ? ਨਿਊਜ਼ ਮੇਂ ਤੋ ਦਿਖਾ ਰਹੇ ਹੈ 43, ਅਬ ਪਤਾ ਨਹੀਂ ਜ਼ਿਆਦਾ ਹੈ ਯਾ ਕਮ ਹੈ, ਕੁਛ ਪਤਾ ਨਹੀਂ। ਸਰ ਜ਼ਿਆਦਾ ਕਮ ਸੇ ਕਮ 10-20 ਵੀ ਐਂਬੂਲੈਂਸ ਗਾੜੀ ਗਈ ਹੈ, 8 ਵਜੇ ਸੇ ਮੈਂ ਖੜਾ ਥਾ ਅੰਦਰ, 20 ਐਂਬੂਲੈਂਸ ਗਈ ਹੋਗੀ, ਇੱਕ ਇੱਕ ਮੈਂ 4-4, 5-5 ਬੰਦੇ। ਕਿੰਨੇ ਵਜੇ ਕਰੀਬ ਲੱਗੀ ਹੈ? ਕਰੀਬ 4 ਵਜੇ ਕਰੀਬ ਆਗ ਲੱਗੀ ਹੈ, 4 ਵਜੇ ਮੈਂ ਸੋਇਆ ਹਾਂ, ਉਸ ਟਾਈਮ ਮੇਂ ਮੇਰੇ ਕੋ ਸੁਣਾਈ ਦਿਆ ਤੋ ਮੈਂ ਸੋਚਾ ਮੈਨ ਰਾਸਤਾ ਹੈ ਤੋ ਜਾ ਰਹੀ ਹੋਗੀ ਗਾੜੀ, ਪਰ ਸੁਬਹ ਆਗ ਖੁਲੀ। ये है रेजिडेंशियल बिल्डिंग, इनमें का ऐसा काम चल रहा था? नहीं, ये कोई रेजिडेंशियल नहीं है, यहाँ नहीं बिल्डर है, ऐसे काम करते हैं, ये सरकार को कुछ करना चाहिए, बार बार होता है कुछ नहीं, बस करके चले जाते हैं और जो पैसे खाने वाले खाते हैं। ये अभी आपको पता चला यहाँ पर कि क्या लगता है कितनी जो सरकारें आई उन्होंने कुछ अभी फौरी तौर पे एकदम से राहत के लिए कुछ पहुँचा था फायर ब्रिगेड? अभी तक तो सर कुछ राहत नहीं मिली है यहाँ पर, तो ये पहले भी आग लग चुकी है और दोबारा भी इस बार आग लगी है, पहले भी बहुत डेंजरस आग लगी थी और इस बार भी इससे ज़्यादा ही आग लगी है। यहाँ पर अनलीगल फैक्ट्री हैं, फैक्ट्री लीगल नहीं है, सीलिंग के ऑर्डर वगैरह सब आ चुके हैं, मगर ले दे के इनका काम चल रहा है तो ये आगे पीछे नहीं जा रहे। ये रिहायशी एरिया है, इसमें कम से कम 1000 से 500 फैक्ट्री चल रही हैं अभी तक, मतलब एक कोई देखने वाला, उनको कोई रिस्पॉन्स करने वाला नहीं है। एक बिल्डिंग में आग लगी तो आसपास के घर खाली कराए अभी नहीं कराए? खाली तो हो गए, लेकिन अब जैसे भी चल रहा है इनके सामने चल रहा है, हम लोगों को तो जाने नहीं दे रहे, हम तो सुबह से यहीं खड़े हैं। ਅਤੇ ਕਾਫੀ ਲੋਕਾਂ ਨਾਲ ਗੱਲ ਹੋਈ ਜਿਹਨਾਂ ਦਾ ਕਹਿਣਾ ਕਿ ਰੈਜੀਡੈਂਸ਼ੀਅਲ ਇਲਾਕਾ ਸੀ ਅਤੇ ਉਹਦੇ ਵਿੱਚ ਲੀਗਲ ਬਿਲਡਿੰਗਾਂ ਜਿਹੜੇ ਕੰਮ ਫੈਕਟਰੀਆਂ ਚੱਲ ਰਹੀਆਂ ਸੀਗੀਆਂ ਅਤੇ ਇਹਦੇ ਵਿੱਚ ਜਿਹੜਾ ਕੰਮਕਾਰ ਹੋ ਰਿਹਾ ਸੀ ਉਹ ਵੀ ਇਲੀਗਲ ਹੋ ਰਿਹਾ ਸੀ। ਹੁਣ ਦੇਖਣਾ ਹੋਗਾ ਕਿ ਇਹਦੇ 'ਤੇ ਪੁਲਿਸ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ ਅਤੇ ਬਾਕੀ ਫੌਰੀ ਤੌਰ 'ਤੇ ਜਿਹੜੇ ਰਾਹਤ ਹੈ ਉਹ ਕੀ ਦਿੱਤੀ ਜਾਂਦੀ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ਨ ਨਾਲ ਨਿਤਿਨ ਦਿਮਾਂ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।